प्यारे विद्यार्थियों YouTube चैनल सोशियो क्लासिस ਵਿੱਚ ਤੁਹਾਡਾ ਸਵਾਗਤ ਹੈ ਅਸੀਂ ਆਪਣੇ ਪਿਛਲੇ ਵੀਡੀਓ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਸ਼ਬਦ ਇੱਛਾ ਪੂਰਕ ਸਰਬ ਸੁਖ ਦਾਤਾ ਅਤੇ ਜੇ ਗੁਰ ਚਿੜਕੇ ਤ મીઠા ਲਾਗੇ ਸ਼ਬਦ ਦੀ ਵਿਆਖਿਆ ਕੀਤੀ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਸ਼ਬਦ へ पूत ਝਗਰਤ ਹੋ ਸੰਗ ਬਾਪ ਦੀ ਵਿਆਖਿਆ ਕਰਨ ਜਾ ਰਹੇ ਹਾਂ ਇਹ ਸ਼ਬਦ ਇਸ ਤਰ੍ਹਾਂ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ जिनके जने वडीर तुम हो तिन सों झगरत पाप रहाओ जिस तन का तुम गर्भ करत हो सो तन किसे न आप किन मैं छोड़ जाए बिख्यारस रस तो लागे पछुताप जो तुम रे प्रभ होते स्वामी हर तिनके जापो जाप उपदेश करत नानक जन तुमको जो सुनो तो जाए संताप विद्यार्थियों इस शब्द का प्रसंग इस है यह काव्य सत्रह काव्य रंग पाठ पुस्तक विच दर्ज ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰੇ ਗਏ ਸ਼ਬਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਵਿੱਚੋਂ ਲਈਆਂ ਗਈਆਂ ਹਨ ਇਹ ਸ਼ਬਦ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਦੇ ذریعے ਸਾਰੇ ਮਨੁੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿਉਂਕਿ ਜਦੋਂ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਗੁਰਗੱਦੀ ਦੇਣ ਦਾ ਫੈਸਲਾ ਕਰ ਲਿਆ ਤਾਂ ਪ੍ਰਿਥੀ ਚੰਦ ਵੱਡਾ ਪੁੱਤਰ ਹੋਂਦ ਦੇ ਨਾਤੇ ਗੱਦੀ ਦਾ ਦਾਵੇਦਾਰ ਬਣਨਾ ਚਾਹੁੰਦਾ ਸੀ ਪਰ ਗੁਰਗੱਦੀ ਦੇ ਲਈ ਉਮਰਾ ਨਹੀਂ ਸਗੋਂ ਆਤਮਿਕ ਗੁਣ ਵੇਖੇ ਜਾਂਦੇ ਹਨ ਜੋ ਪ੍ਰithvi ਚੰਦ ਵਿੱਚ ਨਹੀਂ ਸਨ ਤੇ ਉਹ ਗੱਦੀ ਦੀ ਯੋਗ ਨਹੀਂ ਸੀ ਉਹ ਗੱਦੀ ਹਾਸਲ ਕਰਨ ਲਈ ਗੁਰੂ ਰਾਮਦਾਸ ਜੀ ਨਾਲ ਝਗੜਾ ਕਰਨ ਲੱਗਿਆ ਤਾਂ ਉਸ ਸਮੇਂ ਗੁਰੂ ਜੀ ਨੇ ਇਸ ਸ਼ਬਦ ਦਾ ਉਚਾਰਣ ਕੀਤਾ ਤੇ ਉਪਦੇਸ਼ ਦਿੱਤਾ ਕਿ ਧਨ ਦੌਲਤ ਨਾਲ ਪਿਆਰ ਕਰਨ ਵਾਲੇ ਹੰਕਾਰੀ ਜੀਵ ਨੂੰ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਪ੍ਰਭੂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਵਿਦਿਆਰਥੀਓ ਇਸ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਹੈ ਇਹ ਸਤਰਾਂ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ हे ਪੁੱਤਰ ਦੁਨੀਆ ਦੇ ਧਨ ਖਾਤਰ ਪਿਤਾ ਨਾਲ ਕਿਉਂ ਝਗੜ ਰਹੇ ਹੋ ਜਿਨ੍ਹਾਂ ਮਾਪਿਆਂ ਨੇ ਜੰਮਿਆ ਪਾਲਿਆ ਹੁੰਦਾ ਹੈ ਉਹਨਾਂ ਨਾਲ ਧਨ ਦੇ ਲਈ ਝਗੜਾ ਕਰਨਾ ਠੀਕ ਨਹੀਂ ਹੈ हे ਪੁੱਤਰ ਜਿਸ ਧਨ ਦਾ ਤੁਸੀਂ ਮਾਣ ਹੰਕਾਰ ਕਰਦੇ ਹੋ ਇਹ ਕਿਸੇ ਦਾ ਵੀ ਆਪਣਾ ਨਹੀਂ ਬਣਿਆ ਹਰੇਕ ਮਨੁੱਖ ਹੀ ਮਾਇਆ ਦਾ ਚਸਕਾ ਆਪਣੇ ਅੰਤ ਵੇਲੇ ਇੱਕ ਪਲ ਵਿੱਚ ਹੀ ਛੱਡ ਜਾਂਦਾ ਹੈ ਤੇ ਫਿਰ ਉਸ ਨੂੰ ਇਹ ਛੱਡਣ ਦਾ ਹੌਂਕਾ ਲੱਗਦਾ ਹੈ हे ਪੁੱਤਰ ਜਿਹੜੇ ਪ੍ਰਭੂ ਜੀ ਤੁਹਾਡੇ ਸਾਡੇ ਸਾਰਿਆਂ ਦਾ ਮਾਲਕ ਹੈ ਉਹਨਾਂ ਦਾ ਨਾਮ ਜਪਿਆ ਕਰੋ ਇੱਥੇ ਪ੍ਰੀਤੀ ਚੰਦ ਨੂੰ ਕਹਿ ਰਹੇ ਹਨ ਕਿ हे ਪੁੱਤਰ ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ ਧਿਆਨ ਨਾਲ ਸੁਣੋ ਤਾਂ ਤੁਹਾਡੇ ਅੰਦਰੋਂ ਮਾਨਸਿਕ ਮਾਨਸਿਕ ਦੁੱਖ ਕਲੇਸ਼ ਦੂਰ ਹੋ ਜਾਣ ਵਿਦਿਆਰਥੀਓ ଏਸੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦ ਦੀ ਵਿਆਖਿਆ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੇਹੀ ਸ਼ਿਵਾ ਵਰ ਮੋਹੇ ਐ ਸ਼ੁਭ ਕਰਮਨ ਤੇ ਕਬ ਹੋ ਨਾ ਟਰੋਂ ਦੀ ਵਿਆਖਿਆ ਕਰਾਂਗੇ ਤਦ ਤੱਕ ਧੰਨਵਾਦ ਸ਼ੁਕਰੀਆ